ਮੇਰਾ ਨਾਮ ਹਰਪ੍ਰੀਤ ਮਕੀਤਾ ਮੇਰੀ ਆਖਾਣੀ ਆ ਮੇਰੀ 85 ਸਾਲ ਉਮਰ ਆ ਮੈਂ ਜਲੰਧਰ ਪੈਦਾ ਹੋਈ ਆ ਤਾਂ ਇੰਡੀਆ ਚ ਜਲੰਧਰ ਪੈਦਾ ਹੋਈ ਆ ਤਾਂ ਵੈਲੌਕ ਸੀ ਸਦ ਮਹਾ ਚ ਦਿਨ ਚਾਰ ਦੁਕਾਨਾ ਸੀ ਉਹਨਾਂ ਕਪੜੇ ਦੀਆਂ ਮੇਰੀ ਸ਼ਾਦੀ 15 ਸਾਲ ਦੀ ਦੇ ਹੋਈ ਸੀ ਤਾਂ ਫਿਰ ਇਹ ਜਦੋਂ ਇੰਡੀਆ ਪਾਕਿਸਤਾਨ ਬਣਿਆ ਸਾਨੂੰ ਫਿਰ ਉਹਨਾਂ ਨੇ ਬੜੀ ਮੁਸ਼ਕਲ ਨਾਲ ਸੀ ਪਤਾ ਹੀ ਕਿੱਦਾਂ ਨਿਕਲੇ ਆ ਮੇਰੇ ਬਾਪ ਕੋ ਸ਼ੁਕਰ ਆ ਪੈਸੇ ਸੀ ਜਿਹੜੇ ਸੀਗੇ ਤੋੜੇ ਉਹ ਪੈਸੇ ਲੈ ਕੇ ਨਿਕਲੇ ਆ ਲੇਕਿਨ ਹੋਰ ਕੁਝ ਨਹੀਂ ਲਿਆ ਸਕਿਆ ਸੀ ਜਦੋਂ ਅਸੀਂ ਇੱਥੇ ਆਏ ਆ ਦਹੌਰ ਸਾਡੀ ਬਹੁਤ ਬੁਰੀ ਹਾਲਤ ਸੀ ਸਾਡੇ ਉਹੀ ਕੱਪੜੇ ਸੀ ਜਿਹੜੇ ਪਾਏ ਹੋਏ ਸੀ ਔਰ ਬੜਾ ਅਸੀਂ ਸਫ਼ਰ ਕੀਤਾ ਫਿਰ ਉੱਥੋਂ ਮੇਰਾ ਭਾਈ ਸੀ ਇਹਦੀ ਉਡੀਕ ਸੀ ਕਿਰਾਚੀ ਅਸੀਂ ਕਿਰਾਚੀ ਆ ਗਏ ਉਹਦੇ ਕੋਲ ਫਿਰ ਉੱਥੇ ਆ ਕੇ ਕਾਫੀ ਪਰੇਸ਼ਾਨੀ ਹੋਈ ਸਾਨੂੰ ਇੱਕ ਚਟਾਈ ਹੁੰਦੀ ਸੀ ਜਿਹਦੇ ਉੱਤੇ ਅਸੀਂ ਪੈ ਜਾਂਦੇ ਸੀ ਦੋ ਬੱਚੇ ਸੀ ਮੇਰੇ ਇੱਕ ਬੇਟੀ ਇੱਕ ਬੇਟਾ ਸੀ ਫਿਰ ਇੰਡੀਆ ਤੋਂ ਜਦੋਂ ਆਗੈ ਦਾ ਉਹਨਾਂ ਦੇ ਪੇਪਰ ਆ ਗਏ ਇਹਨੇ ਮੇਰੇ ਬੱਚੇ ਐ ਬਾਹਰ ਤੇ ਫਿਰ ਠੀਕ ਠਾਕ ਸੀ ਚੱਲਦੇ ਗੁਜ਼ਾਰਾ ਹੁੰਦਾ ਸੀ ਬਹੁਤ ਬਸੇ ਗੁਜ਼ਾਰਾ ਹੁੰਦਾ ਸੀ ਇਹ ਠੀਕ ਆ ਇਹ ਨਹੀਂ ਕਿ ਅਸੀਂ ਬਹੁਤ ਸੀ ਕਿ ਇਦਾਂ ਉਹਨਾਂ ਨੇ ਕਿਹਾ ਤੂੰ ਇੱਥੇ ਆ ਜਾ फिर इतने आ गए तो इतने आ गए तो बशीर साहब आ गए जदों तो, तो उन्होंने आके भी देखिया इतने भी ज़रा मुश्किल लगा आके तो चौथी मंजिल से चढ़ के एक फ्लै कमरा किराए तेर वो बार फिर असी कही आना वो कह इतने हालात इदाने इतने भी मुश्किल बहुत आ पहली बार अस बैठे प्लेन च नहीं तो ट्रेन चाहते सी दिल्ली तर ठीक ही लगा स ਬੱਚੇ ਵੀ ਖੁਸ਼ ਸੀ ਤਾਂ ਛੋਟਾ ਬੱਚਾ ਜਿਹੜਾ ਸੀ ਉਹ ਛੋਟਾ ਜਿਹਾ ਸੀ 6 ਮਹੀਨੇ ਦਾ ਹੋਊਗਾ ਇੰਨਾ ਜ਼ਿਆਦਾ ਬੜਾ ਨਹੀਂ ਸੀ ਤਾਂ ਦੂਸਰੇ ਪੰਜ ਬੇਟੀਆਂ ਸੀ ਮੇਰੀਆਂ ਦੋ ਬੇਟੇ ਸੀ ਨਹੀਂ ਦੋ ਬੱਚੇ ਤਾਂ ਪਹਿਲੇ ਆ ਗਏ ਨਾ ਇੱਕ ਬੇਟੀ ਇੱਕ ਬੇਟਾ ਮੇਰੀ ਭੈਣ ਦੇ ਕੋਲ ਤਾਂ ਫੇਰ ਅਸੀਂ ਆ ਗਏ ਦੂਸਰੇ ਬੱਚੇ ਅੰਦਰ ਆ ਕੇ ਪਹਿਲੇ ਤਾਂ ਸਾਨੂੰ ਬਹੁਤ ਸਮਝੋ ਬਹੁਤ ਫਰਕ ਲੱਗਾ ਜੀ ਜਿਹਾ ਲੱਗਾ ਸਨੋ ਪਈ ਹੋਈ ਸੀ ਫਰਵਰੀ ਦਾ ਮਹੀਨਾ ਸੀ ਪਹੇ ਫਿਰ ਆ ਕੇ ਜੋ ਚੌਥੀ ਮੰਜ਼ਲ ਤੇ ਚੰ ਚੜਾਤਾ ਸੀ ਅਸੀਂ ਮੈ ਰੋਵਾ ਬਈ ਬੋਲੇ ਯਾਰਾ ਨਾ ਇੱਥੇ ਆ ਕੇ ਇੱਡਾ ਵਾ ਤਾਂ ਫਿਰ ਉਹਦੇ ਬਾਅਦ ਫਿਰ ਉਹਦੀ ਹੁਲੀ ਇਨਸਾਨ ਜਦ ਸੈੱਟ ਹੋ ਗਿਆ ਫਿਰ ਘਰ ਲੈ ਲਿਆ ਸੀ ਗਲਿੰਡਰਸ ਸਟਰੀਟ ਤੇ ਬਹੁਤ ਅੱਛੇ ਸੀ ਸਾਰੇ ਗੋਰੇ ਬਹੁਤ ਕਰਦੇ ਸੀ ਬਹੁਤ ਜ਼ਿਆਦਾ ਕਰਦੇ ਸੀ ਹੈਲਪ ਕਰਦੇ ਸੀ ਇੰਨਾ ਕਰਦੇ ਸੀ ਮੈਂ ਤਾਂ ਹੈਰਾਨ ਹੁ ਨਹੀਂ ਆ ਇੰਨਾ ਮੈਂ ਸੋਚ ਨਹੀਂ ਸਕਦੀ ਜਿੰਨਾ ਕਰਦੇ ਸੀ ਕੋਈ ਡਰ ਨਹੀਂ ਸੀ ਰਾਤ ਦੇ 12 ਵਜੇ ਨਿਕਲ ਜਾ ਔਰਤ ਨੂੰ ਕੋਈ ਡਰ ਨਹੀਂ ਆ ਸਭ ਤੋਂ ਅੱਛੀ ਮੈਂ ਚੀਜ਼ ਲੱਗੀ ਕਿ ਜਿਹੜਾ ਕੋਈ ਡਰ ਨਹੀਂ ਔਰਤ ਨੂੰ ਤਾਂ ਮੈਂ ਪੂਰੀ ਜਾਂਦੀ ਸੀ ਪੁਲਿਸ ਵਾਲਿਆਂ ਨੇ ਗੱਡੀ ਖੜੀ ਕਰ ਦਿੱਤੀ ਕਿ ਤੂੰ ਇੱਥੇ ਬਹਿ ਜਾ ਸਿ ਤੇ ਲਾ ਦੇਾਂਗੇ ਲੇਕਿਨ ਮੈਂ ਇਹ ਸੋਚਦੀ ਸੀ ਜੇ ਮੈਂ ਵਿੱਚ ਬਹਿ ਕੇ ਕੋਈ ਕਹਿ ਰੂਗਾ ਪੁਲਿਸ ਦੀ ਗੱਡੀ 'ਚ ਬੈਠੀ ਸੀ ਮੈਂ ਨੇ ਮੈਂ ਕਿਹਾ ਨਹੀਂ ਮੈਂ ਨਹੀਂ ਡਬਣਾ ਤਾਂ ਉਹ ਮੈਨੂੰ ਉੱਥੇ ਤਾਂ ਅਗਲੀ ਇੰਦਸ ਰੇਤ ਤੱਕ ਹੌਸੇ ਹੌਸੇ ਗੱਡੀ 'ਚ ਛੱਡ ਕੇ ਆਏ ਉੱਥੇ ਤੱਕ ਇੱਕ ਵਾਰੀ ਮੈਂ ਉੱਥੇ ਲੂਸੀ ਦੇ ਕੋਲ ਉੱਥੇ ਸੀ ਜੀ ਅੱਜ ਨੇ 1 5 6 ਸਾਲ ਦੀ 7 8000 ਦੀ ਗੱਲ ਆ ਤਾਂ ਇੱਕ ਗੋਰੇ ਨੇ ਮੇਰੇ ਮੈਂ ਟੁੱਟੀ ਜਾਣੀ ਉਹਨੇ ਮੇਰੇ ਲੱਤਾਂ ਮਾਰੀਆਂ ਐ ਉਹ ਕਰਕੇ ਮਾਰ ਕੇ ਚਲਾ ਗਿਆ ਬਾਕੀ ਦੇ ਵੈਸੇ ਮੈਨੂੰ ਪਿਆਰ ਕਰਨ ਲੱਗ ਗਿਆ ਕਿ ਨੇ ਪਾਗਲ ਆ ਜਿਹੜਾ ਇਦਾਂ ਕੀਤਾ ਇਹਨੇ ਪਤਾ ਨਹੀਂ ਉਹਨੂੰ ਕੀ ਸੀ ਉਹਨੇ ਐ ਉਹ ਕੀਤਾ ਕਿਉਂਕਿ ਤਾਂ ਸਮੇਂ ਨਹੀਂ ਆਈ ਕੰਮ ਮੈਂ ਕੋਸ਼ਿਸ਼ ਇੱਕ ਵਾਰ ਕੀਤੀ ਆ ਇਹ ਕਿ ਕਰ ਲਿਆ ਗਰ ਪਰ ਮੁਸ਼ਕਿਲ ਲੱਗ ਮੈਂ ਥੋੜਾ ਜਿਹਾ ਕੀਤਾ ਸੀ ਫੈਕਟਰੀ ਸੀ ਉਹ ਉਹਨਾਂ ਦੀ ਨਮਸਕਾਰ ਅੰਟੀ ਫੈਕਟੀ ਉਹਨਾਂ ਦੀ ਮੇਂ ਨਾ ਉਹਨਾਂ ਦੀ ਪਰ ਫਿਰ ਮੈਂ ਕਰਨੀ ਚੱਕੀ ਮੁਸ਼ਕਲ ਦਾਦਾ ਸੀ ਚੋਰੀ ਹੋ ਗਏ ਕਾਰ ਜੀ ਉਹਦੇ ਨਾਲ ਤਾਂ ਫੇ ਮੈਂ ਕਰ ਹੀ ਰਹੀ ਰਹਿੰਦੀ ਸੀ ਮੈਨੇ ਸੇ ਜਾ ਰਹੀ ਸੀ ਆ ਨੀ ਜੇ ਮੁਸ਼ਕਲਾ ਹੋਈ ਆ ਤੱਕ ਉਸਦੇ ਇਸਦਾ ਪਾਕਿਸਤਾਨ ਨੂੰ ਆਏ ਤਾਂ ਫੇ ਕਰ ਉਹਨਾਂ ਨੂੰ ਵੀ ਰੱਖਣਾ ਪਿਆ ਤਾਂ ਪਰ ਅਸੀਂ ਇਹ ਨਹੀਂ ਕਿ ਅਸੀਂ ਜਾ ਕੇ ਉੱਥੇ ਕੀਤੇ ਕਰਾਂਚੀ ਕਰ ਦਿੱਤੀਆਂ ਸੀ ਸ਼ਾਦੀਆਂ ਕਾ ਬੱਚਿਆਂ ਦੀ इन्हें भी हाल कि अस इन, है ही नहीं तो नहीं किसी कुछ करियो जिंदा है उस गुजारा करो अल्लाह का शुकर करो दूसरा ये भी चलो थ बाकी दहूलत है वा डाट भी फ्री हैगीर स्कूल फ्री आ ਕੀ ਜੀ ਦਾ ਤੁਹਾਨੂੰ ਸੁਲਾਈਆ ਤੁਸੀਂ ਉਹਨਾਂ ਵੱਲ ਦੇਖੋ ਤੁਸੀਂ ਆਪਣੇ ਤੇ ਉੱਪਰ ਨੂੰ ਨਾ ਦੇਖੋ نیچے ਨੂੰ ਦੇਖੋ ਫਿਰ ਇਹ ਸਮਝਾਇਦਾ ਹਰ ਗੱਲ ਸਹੀ ਕਰ ਕੋ ਕਿਸੇ ਨਾਲ ਕੁਝ ਐਸਾ ਧੋਖਾ ਨਹੀਂ ਕਰਨਾ ਕੁਝ ਨਹੀਂ ਕਰਨਾ ਆਪਣੇ ਇਮਾਨਦਾਰੀ ਨਾਲ ਰੋ